ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੀ ਯੂਟਿਊਬ ਚੈਨਲ ਅਤੇ ਫੇਸਬੁੱਕ ਉੱਤੇ ਸਵਾਗਤ ਹੈ। ਅੱਜ ਨੇ ਵੀਡੀਓ ਲੈ ਕੇ ਵਾਲਾ ਵਾਲਾ ਪੜ੍ਹਨਾ ਜੀ ਲੈਂਥ 2 ਮੀਟਰ ਕੱਪੜਾ ਡੱਫਾ ਫੁੱਲ ਵਾਲਾ ਵਰਤਿਆ। ਸਭ ਤੋਂ ਪਹਿਲਾਂ ਆਪਾਂ ਕਿਸਾਂ ਨੂੰ ਕੰਘਾ ਕਰਕੇ ਅਤੇ ਆਪਣੇ ਖੱਬੇ ਕੰਨ ਦੀ ਸਾਈਡ ਕੋਲ ਜਿਹੜਾ ਆਪਾਂ ਜੂੜਾ ਕਰ ਲੈਣਾ ਹੈ, ਜਿਹੜਾ ਤੁਸੀਂ ਜੂੜਾ ਉਹ ਗੱਠ ਵਾਲਾ ਵੀ ਕਰ ਸਕਦੇ ਹੋ। ਅਤੇ ਫਿਰ ਆਪਾਂ ਪੜ੍ਹਨਾ ਲੈਣਾ ਜਿਹੜੇ ਇੱਕ ਕਿਨਾਰੇ ਨੂੰ ਹਾਫ ਫੋਲਡ ਕਰ ਲੈਣਾ, ਅੰਦਰ ਨੂੰ ਫੋਲਡ ਕਰਕੇ ਉਹਦੀ ਟ੍ਰੈਂਗਲ ਪੂਣੀ ਕਰ ਬਣਾ ਕੇ, ਅਤੇ ਪਹਿਲਾਂ ਲੜਾ ਜਿਹੜਾ ਆਪਾਂ ਜੂੜੇ ਦੇ ਉੱਤੇ ਹੀ ਰੱਖ ਕੇ, ਫਿਰ ਜਿਹੜਾ ਉਸ ਤੋਂ ਅਗਲਾ ਲੜਾ ਹੋਊਗਾ ਉਹ ਜਿਹੜੇ ਆਪਾਂ ਬਲ ਪਾ ਕੇ ਅਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ, ਅਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਨੇ ਉਹ ਲੋਡ ਕਰਕੇ, ਜਿਹੜਾ ਆਪਣਾ ਲੋਡ ਕਰਕੇ ਜਿੰਨੀ ਅੱਖ ਕਵਰ ਕਰਨਾ ਚਾਹੁੰਦੇ ਹੋ ਉੰਨੀ ਆਪਾਂ ਅੱਖ ਕਵਰ ਕਰਕੇ ਅਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ, ਲੜ ਨੂੰ ਬੈਕ ਤੋਂ ਪਿੰਜ ਕਰ ਲੈਣਾ, ਦੋ ਹੀ ਕਿਨਾਰੇ ਇਕੱਠੇ ਕਰ ਲੈਣੇ ਹਨ, ਦੋ ਹੀ ਜਿਹੜੇ ਕਿਨਾਰੇ ਨੇ ਇਕੱਠੇ ਕਰਕੇ ਚੰਗੀ ਤਰ੍ਹਾਂ ਆਪ ਲੜ ਨੂੰ ਲੋਡ ਕਰਕੇ ਅਤੇ ਸੈੱਟ ਕਰਕੇ, ਜਿਵੇਂ ਆਪਾਂ ਅਗਲਾ ਲੜ ਲਗਾਉਂਦੇ ਹੁੰਦੇ ਉੱਤੇ ਉਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ, ਚਾਰੋਂ ਗਲੇੜਾ ਲੜ ਨੂੰ ਉੱਤੋਂ ਸੈੱਟ ਕਰ ਲੈਣਾ, ਸਾਫ਼ ਕਰ ਲੈਣਾ ਲੜ ਨੂੰ ਉੱਤੋਂ, ਅਤੇ ਥੱਲੇ ਜਿਹੜਾ ਆਪਾਂ ਉਂਗਲੀ ਤੋਂ ਗੁੱਠਿਆਂ ਨਾਲ ਜਿਹੜੇ ਆਪਣੇ ਬਲ ਨੇ ਇਕੱਠੇ ਕਰਕੇ ਅਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ, ਅਤੇ ਜਿਹੜੇ ਉਸ ਵਿੱਚ ਵਲ ਪੈਂਦੇ ਹੋਣਗੇ ਉਹਨਾਂ ਨੂੰ ਲੋਡ ਕਰਕੇ, ਜਿਹੜਾ ਆਪਣਾ ਉਹਨਾਂ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ। ਅਤੇ ਫਿਰ ਆਪਾਂ ਅਗਲਾ ਲੜਾ ਲਗਾਉਣਾ, ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ, ਦੋ ਹੀ ਕਿਨਾਰੇ ਇਕੱਠੇ ਕਰ ਲੈਣੇ ਹਨ, ਦੋ ਹੀ ਕਿਨਾਰੇ ਇਕੱਠੇ ਕਰਕੇ ਅਤੇ ਲੜ ਨੂੰ ਚਾਰੋਂ ਗਲੀਆਂ ਦਾ ਲੜ ਨੂੰ ਉੱਤੋਂ ਸੈੱਟ ਕਰ ਲੈਣਾ, ਅਤੇ ਉਸ ਵਿੱਚ ਜਿੰਨੇ ਵਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਅਤੇ ਸੈੱਟ ਕਰਕੇ ਲਗਾਉਣਾ ਹੈ ਲੜ ਨੂੰ। ਅਤੇ ਨਾਲ ਜਾਣ ਬਾਕੀ ਪੜ੍ਹਨੇ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ, ਅਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਜਿੱਥੇ ਆਪਣੇ ਪਹਿਲੇ ਲੜ ਦੇ ਬਲ ਮੁੱਕ ਜਾਣਗੇ ਉੱਥੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਸੈੱਟ ਕਰਕੇ ਲਗਾਉਣਾ ਹੈ, ਅਤੇ ਜਿਹੜਾ ਉੱਤੇ ਲੜ ਸੱਟੇ ਉਹਨਾਂ ਜਿਹੜਾ ਆਪਾਂ ਸਿਰ ਉਹ ਕਵਰ ਕਰਨਾ ਹੈ। ਅਤੇ ਨਾਲ ਦੇ ਨਾਲ ਬਾਕੀ ਪੜ੍ਹਨੇ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ। ਅਤੇ ਜਿਹੜੇ ਵੀ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਹਨ ਉਹ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਜਿਹੜੇ ਵੀ ਸਾਡੇ ਫੇਸਬੁੱਕ 'ਤੇ ਨਵੇਂ ਹਨ ਉਹ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ, ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਤਾਂ ਜਿਹੜੇ ਵੀ ਇਹਨਾਂ ਨੂੰ ਪੜ੍ਹਨਾ ਬਣਨ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲਿਊਸ਼ਨ ਕਰ ਲੈਣ। ਅਗਲਾ ਲੜ ਵੀ ਜਿਹੜਾ ਆਪਾਂ ਉਸੇ ਤਰੀਕੇ ਨਾਲ ਅਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਅਤੇ ਸਾਫ਼ ਕਰਕੇ ਜਾਂ ਬਲਾਂ ਵਾਲਾ ਜਿਹੜਾ ਆਪਣਾ ਲੜਾ ਲਗਾ ਸਕਦੇ ਹੋ। ਅਤੇ ਜਿੰਨਾ ਆਪਾਂ ਪਹਿਲੇ ਲੜਨ ਨਾਲ ਅੱਖਾਂ ਜਿੰਨੀ ਆਪਣੀ ਕਵਰ ਕਰੀ ਸੀ ਉੰਨੀ ਆਪਾਂ ਅੱਖਾਂ ਕਵਰ ਕਰਕੇ ਜਿਹੜਾ ਆਪਣਾ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਲੜ ਨੂੰ ਸੈੱਟ ਕਰਕੇ ਲਗਾਉਣਾ ਹੈ। ਅਤੇ ਜਿਹੜਾ ਤੁਸੀਂ ਲੜਾ ਇੱਕ ਵਾਰ ਫੋਲਡ ਕਰਕੇ ਵੀ ਲਗਾ ਸਕਦੇ ਹੋ, ਜਾਂ ਤਾਂ ਫਿਰ ਥੋੜ੍ਹਾ ਜਿਹਾ ਲੜ ਨੂੰ ਫੋਲਡ ਕਰਨਗੇ ਜਿੰਨੇ ਉਹ 'ਚ ਵਲ ਥੋੜ੍ਹੇ ਵਲ ਪੈਣਗੇ ਜਿੰਨੇ ਉਹਨਾਂ ਨੂੰ ਲੋਡ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਸਕਦੇ ਹਾਂ। ਅਤੇ ਨਾਲ ਜਾਣ ਬਾਕੀ ਪਾਸੇ ਜਿਹੜੇ ਆਪਾਂ ਸੈਟਿੰਗ ਕਰੀ ਜਾਣੀ ਹੈ ਅਤੇ ਸ਼ੇਪ ਜਿਹੜੀ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ। ਅਤੇ ਜਿਹੜਾ ਆਪਣਾ ਲੜ ਨੇ ਉਹ ਸੈੱਟ ਕਰ ਲੈਣੇ ਹਨ। ਅਤੇ ਬਾਕੀ ਦੇ ਲੜ ਨੂੰ ਜਿਹੜਾ ਬੈਗ 'ਤੇ ਆਪਣੇ ਜਿਹੜੇ ਜਾਂ ਤਾਂ ਗਿੱਚੀ 'ਤੇ ਲੈਣਾ ਹੈ, ਜਾਂ ਤਾਂ ਫਿਰ ਜਿੱਥੋਂ ਆਪਾਂ ਬੈਗ ਤੋਂ ਲੜ ਪਿੰਚ ਕਰ ਦਿੰਦੇ ਹਾਂ ਉੱਥੇ ਜਿਹੜਾ ਘੁਮਾ ਕੇ ਜਿਹੜਾ ਲੜ ਨੂੰ ਦੱਬ ਲੈਣਾ ਹੈ।
ਅਤੇ ਜਲਦ ਹੀ ਨਿਬੜ ਲੈ ਕੇ ਆ ਜਾਂਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।